ਦੇਖੋ ਜੀ, ਜੋ ਆਪਾਂ ਉਸ ਦਿਨ ਮੁੱਦਾ ਉਠਾਇਆ ਉਹਤੇ ਜਿਹੜੀ ਹਰਿਆਣਾ ਸਰਕਾਰ ਨੇ ਕਾਰਵਾਈ ਕੀਤੀ ਆ, ਹੁਣ ਅਸੀਂ ਅੱਗੇ ਇਹ ਦੇਖਦੇ ਹਾਂ ਕਾਰਵਾਈ ਕਾਗਜ਼ਾਂ ਤੱਕ ਹੀ ਸੀਮਤ ਰਹਿੰਦੀ ਆ ਜਾਂ ਇਹ ਠੇਕੇਦਾਰ ਦੇ ਉੱਪਰ ਕੋਈ ਕਾਰਵਾਈ ਹੁੰਦੀ ਆ ਜਾਂ ਇਹਦੀ ਕੋਈ ਬੋਰਡਰ ਕੱਛਲ ਜ਼ਿਲ੍ਹੇ ਦੇ ਪਿੰਡ ਹੈ ਘੱਗਰ ਪਾਰ ਦੇ 25 ਪਿੰਡਾਂ ਸੜਕਾਂ ਦੇ ਹਾਲਾਤ ਕੀ ਹੈ? ਬਹੁਤ ਬੁਰਾ ਹਾਲ ਹੈ ਜੀ, ਸਾਰੇ ਜਿਹੜੇ ਘੱਗਰ ਏਰੀਆ ਦਾ ਕਿ ਸਾਰੇ ਹਰਿਆਣੇ ਦੀ ਸੜਕਾਂ ਕੂਲੇ ਦੇ ਕੈਥਲ ਡਿਸਟ੍ਰਿਕਟ ਦੇ ਵਿੱਚ ਕੂਲੇ ਦੇ ਵਿੱਚ ਲਾ ਲਓ, ਜਿੱਥੇ ਮਰਜ਼ੀ ਲਾ ਲਓ ਤੁਸੀਂ, ਸਾਰੀਆਂ ਸੜਕਾਂ ਦਾ ਬੁਰਾ ਹਾਲ ਆ, ਕੋਈ ਸੁਣਵਾਈ ਨਹੀਂ ਹੈਗੀ ਜਿੱਥੇ। ਇਹ ਸੜਕ 23 ਮਈ ਨੂੰ ਕੰਪਲੀਟ ਹੋਈ ਹੈ, ਆਪਣਾ ਪਾਰਲੀਮੈਂਟ ਦੀ ਇਲੈਕਸ਼ਨ ਤੋਂ ਸਿਰਫ 2 ਦਿਨ ਪਹਿਲਾਂ। ਥੱਲੇ ਇਹਦੇ ਮਾਲ ਤਾਂ ਚੈੱਕ ਹੋ ਰਿਹਾ, ਮਾਲ ਤਾਂ ਠੀਕ ਹੈ, ਪਰ ਉੱਪਰ ਜਿਹੜੀ ਤੈਅ ਪਾਈ ਹੋਈ ਹੈ ਨਾ, ਪ੍ਰੀ ਮਿਕਸ ਲਾ ਲਓ ਜਾਂ ਲੁੱਕ, ਉਹ ਮਾਲ ਦੇ ਵਿੱਚ ਕਮੀ ਆ ਕਿਤੇ ਨਾ ਕਿਤੇ, ਜਿਹੜੀ 2 ਮਹੀਨੇ 'ਚ ਸੜਕ ਨਹੀਂ ਟੁੱਟ ਸਕਦੀ। ਸਾਡੇ ਮੁਤਾਬਕ ਇਹ ਸੜਕ 10 ਸਾਲ ਚੱਲਣੀ ਚਾਹੀਦੀ ਸੀ। ਇਹ ਮਾਲ ਦੇ ਵਿੱਚ ਕਿਤੇ ਗੜਬੜ ਹੋਈ ਹੈ, ਅਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਇਹਦੀ ਜਾਂਚ ਕੀਤੀ ਜਾਏ। ਸਰਪੰਚ ਸਾਹਿਬ, ਜਿਹੜਾ ਇਹ ਮੰਨ ਲਓ ਇੰਨੀ ਜਲਦੀ ਟੁੱਟਣਾ, ਇੱਕ ਇਨਕੁਆਇਰੀ ਤੋਂ ਮੰਗਦਾ ਹੈ ਨਾ? ਬਿਲਕੁਲ, ਉਹ ਇਨਕੁਆਇਰੀ ਮੰਗਦਾ ਹੈ। ਸਾਈਡਾਂ ਦੇ ਵੀ ਦੇ ਦੋਨੋਂ ਪਾਸੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਗਿਆ, ਪ੍ਰੋਪਰ ਜਿੰਨਾ ਹੋਣਾ ਚਾਹੀਦਾ ਅਸੀਂ ਉਹਨਾਂ ਕੀਤਾ ਨਹੀਂ ਗਿਆ। ਅਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਿਹੜੇ ਸਾਈਡਾਂ ਵੀ ਠੀਕ ਕੀਤੀਆਂ ਜਾਣ, ਇਹ ਦੁਬਾਰੇ ਸੜਕ ਬਣਵਾਈ ਜਾਏ, ਕਿਉਂਕਿ ਸੜਕ ਦੇ ਉੱਪਰ ਟਿੱਪਰ ਦੇਖੋ, 500,000 ਟਿੱਪਰ ਲੰਘਦੇ, ਹੈਵੀ ਟ੍ਰੈਫਿਕ ਹੈ, ਸੜਕ ਤਾਂ ਮਜ਼ਬੂਤ ਹੋਵੇਗੀ ਤਾਂ ਬਚੇਗੀ। ਹਾਂਜੀ, ਇਹ ਤਾਂ ਮੇਨ ਰੋਡ ਹੈ, ਦਿੱਲੀ ਚੱਲਦੀ ਹੈ, ਬਠਿੰਡਾ ਟੂ ਦਿੱਲੀ ਵਿੱਚ ਸੰਗਰੂਰ ਆ ਗਿਆ, ਪਰੰਤੂ ਟ੍ਰੈਫਿਕ ਦੇ ਮੁਤਾਬਕ ਇਹ ਸੜਕ ਬਣੀ ਨਹੀਂ ਹੈ। ਹੁਣ ਅਧਿਕਾਰੀ ਆਏ ਥੇ, SDO ਵਗੈਰਾ ਆਏ, ਕੀ ਕਹਿ ਗਏ ਤੁਹਾਨੂੰ? ਉਹ ਕਹਿ ਰਹੇ, ਅਧਿਕਾਰੀ ਕਹਿ ਗਏ ਵੀ ਸੈਂਪਲ ਚੈੱਕ ਕੀਤੇ ਆ, ਸੈਂਪਲ ਦੇਖਾਂਗੇ ਇਹਦੇ 'ਚ ਕੀ ਨੁਕਸ ਹੁੰਦਾ, ਉਸੇ ਅਨੁਸਾਰ ਕਾਰਵਾਈ ਕਰਾਂਗੇ, ਸੜਕ ਦੁਬਾਰੇ ਤਿਆਰ ਕਰਵਾਂਗੇ। ਠੀਕ ਹੈ। ਇਹ ਟੁੱਟੀ ਨਹੀਂ, ਫੈਲ ਹੋਈ ਹੈ, ਫੈਲ ਹੋਈ ਹੈ ਕਹੀਂ ਗਈ ਸੀ, ਸਾਰੀ ਦੇਖਣਾ ਆਪਕੇ, ਸਾਰੀ ਸਾਰੀ ਨਹੀਂ ਟੁੱਟੇਗੀ, ਫੈਲ ਜਾਂ ਜਾਂ ਟੁਕੜੇ ਫੈਲ ਹੋਏ ਹੈ, ਇਸ ਲਈ ਸੈਂਪਲ ਲੈ ਰਹੇ ਕਿ ਤਾਂ ਕਿ ਪਤਾ ਲੱਗ ਜਾਏ ਕਿ ਕਿਆ ਦਿੱਕਤ ਹੈ, ਇਸ ਲਈ ਸੈਂਪਲ ਕੇ ਲਈ ਬੁਲਾਇਆ। ਆਪਸੇ ਮਾਨੋ ਨਾ ਮਾਨੋ ਭਾਈ ਸਾਹਿਬ, ਇਹ ਸੜਕ ਆਪਕੇ ਸਾਹਮਣੇ ਹੈ, ਹਮਾਰੇ ਸਾਹਮਣੇ ਹੈ, ਜਹਾਂ ਸੇ ਫੈਲ ਹੋਈ ਹੈ, ਜਹਾਂ ਦਿੱਕਤ ਆਈ ਹੈ, ਉਸਕੋ ਨਿਕਲਵਾ ਕੇ ਦੇਖੇਂਗੇ, JCB ਲੈ ਕੇ ਆਏ ਹੈ ਸਾਥ ਮੇਂ, ਨਿਕਲਵਾ ਕੇ ਦੇਖੇਂਗੇ ਕਿ ਨੀਚੇ ਕਿਆ ਹੈ, ਦਲਦਲ ਹੈ, ਮਿੱਟੀ ਹੈ, ਕਿਆ ਦਿੱਕਤ ਨੀਚੇ ਤੋਂ ਇਸਕੀ ਭਾਈ ਸਾਹਿਬ, ਉਹੀ ਜੋ ਸਮਾਨ ਥਾ ਨਾ ਉਖਾੜ ਕੇ ਪੁਰਾਣਾ, ਉਹੀ ਇਸਕੇ ਉੱਪਰ ਡਲ ਗਿਆ, ਹਰ ਸਾਲ ਬਾਅਦ ਬਣੇ ਹੈ, ਕੁਛ ਲੋਗੋ ਰਾਹਤ ਮਿਲ ਜਾਏਗੀ। ਤੇ ਪਹਿਲੇ ਤੁਮ ਤਾਂ ਦੋਖਰੇ ਤੋਂ ਲੋ, ਮੈਂ ਪਹਿਲੇ ਇੱਕ ਵਾਰ ਸੈਂਪਲ ਲੈ ਲੂੰ, ਦੇਖ ਲੂੰ, ਫਿਰ ਬਤਾਊਂਗਾ ਆਪਕੋ ਕਿਆ ਕਿਆ ਹੋਤਾ ਹੈ। ਇਸ ਸੜਕ ਦੇ ਇਲਾਵਾ ਜੋ ਆਪਕੇ ਏਰੀਆ ਮੇਂ ਜਿਤਨੀ ਵੀ ਗਾਓ ਕੀ ਸੜਕੇ ਵੀ ਹੈ ਨਾ, ਜਿਤਨੀ ਚਾਬਾ ਦਾਬੇ ਵਾਲੀ, ਸਭ ਸੜਕੋ ਕੇ ਹਾਲਾਤ ਤੋ ਯਹੀ ਹੈ। ਨਹੀਂ ਤੋ ਕਬ ਤੱਕ ਇਸਕੋ ਮੰਨ ਲਓ ਉਮੀਦ ਕਰੇ ਲੋਕ ਵੀ ਜਲਦੀ ਠੀਕ ਹੋ ਜਾਏ? ਇਸਕੋ ਜੈਸੇ ਬਾਰਿਸ਼ ਖਤਮ ਹੋਤੀ ਹੈ, ਇਸਕੋ ਠੀਕ ਕਰਕੇ, ਇਸਕਾ ਜੋ ਵੀ ਜਹਾਂ ਸੇ ਫੈਲ ਹੋਈ ਹੈ, ਜਾਂ ਜਾਂ ਫੈਲ ਹੋਈ ਹੈ, ਇਸਕੀ ਦਲਦਲ ਨਿਕਾਲ ਕੇ, ਦਲਦਲ ਨਿਕਾਲ ਕੇ ਦੁਬਾਰਾ ਪੱਥਰ ਭਰ ਕੇ ਫਿਰ ਇਸਮੇ ਦੁਬਾਰਾ ਸੇ ਰੀਸਟੋਰ ਕਰੇਂਗੇ। ਬਸ ਸੁਭ ਨਾਮ ਆਪਕਾ? SDO ਹੈ ਆਪ? SDO ਹੂੰ। SDO PWD। ਹਾਂ, ਦੇਖੋ ਜੀ, ਜੋ ਆਪਾਂ ਉਸ ਦਿਨ ਮੁੱਦਾ ਉਠਾਇਆ ਉਹਤੇ ਜਿਹੜੀ ਹਰਿਆਣਾ ਸਰਕਾਰ ਨੇ ਕਾਰਵਾਈ ਕੀਤੀ ਆ, ਹੁਣ ਅਸੀਂ ਅੱਗੇ ਇਹ ਦੇਖਦੇ ਹਾਂ ਕਾਰਵਾਈ ਕਾਗਜ਼ਾਂ ਤੱਕ ਹੀ ਸੀਮਤ ਰਹਿੰਦੀ ਆ ਜਾਂ ਇਹ ਠੇਕੇਦਾਰ ਦੇ ਉੱਪਰ ਕੋਈ ਕਾਰਵਾਈ ਹੁੰਦੀ ਆ ਜਾਂ ਇਹਦੀ ਕੋਈ। ਬੋਰਡਰ ਕੱਛਲ ਜ਼ਿਲ੍ਹੇ ਦੇ ਪਿੰਡ ਹੈ ਘੱਗਰ ਪਾਰ ਦੇ 25 ਪਿੰਡਾਂ ਦੀ ਸੜਕਾਂ ਦੇ ਹਾਲਾਤ ਕੀ ਹੈ? ਬਹੁਤ ਬੁਰਾ ਹਾਲ ਹੈ, ਸਾਰੇ ਜਿਹੜੇ ਘੱਗਰ ਏਰੀਆ ਦਾ ਕਿ ਸਾਰੇ ਹਰਿਆਣੇ ਦੀ ਸੜਕਾਂ ਕੂਲੇ ਦੇ ਕੈਥਲ ਡਿਸਟ੍ਰਿਕਟ ਦੇ ਵਿੱਚ ਕੂਲੇ ਦੇ ਵਿੱਚ ਲਾ ਲਓ, ਜਿੱਥੇ ਮਰਜ਼ੀ ਲਾ ਲਓ ਤੁਸੀਂ, ਸਾਰੀਆਂ ਸੜਕਾਂ ਦਾ ਬੁਰਾ ਹਾਲ ਆ, ਕੋਈ ਸੁਣਵਾਈ ਨਹੀਂ ਹੈਗੀ ਜਿੱਥੇ।